ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਐਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ ਪੰਜਾਬ ਦੇ ਨੌਜਵਾਨ ਨੇ ਬਣਾਤਾ ਅਜਿਹਾ ਜਗਾੜ ਸਾਰੀ ਦੁਨੀਆ ਤੇ ਹੋ ਰਹੀ ਚਰਚਾ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪੰਜਾਬ ਦੇ ਮਲੇਰ ਕੋਟਲਾ ਤੋਂ ਇੱਕ ਅਜਿਹੀ ਜੁਗਾੜ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਬਹਿ ਇੱਕ ਵਿਅਕਤੀ ਬੋਲੋ ਬੈਟਰੀ ਤੇ ਚੱਲਣ ਵਾਲੇ ਮੋਟਰਸਾਈਕਲ ਦੀ ਇਜਾਜ਼ਤ ਕੀਤੀ ਗਿਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਿੱਥੇ ਭਾਰਤ ਵਿੱਚ ਕੀਤੀ ਗਈ ਇਹ ਤਾਲਾਬੰਦੀ ਦੇ ਕਾਰਨ ਵਿਦਿਆਰਥੀ ਘਰਾਂ ਵਿੱਚ ਵਿਹਲੇ ਬੈਠੇ ਹੋਏ ਹਨ ਤੇ ਉੱਥੇ ਮਲੇਰ ਕੋਟਲਾ ਦੇ ਰਹਿਣ ਵਾਲੇ ਨੋਸ਼ਾਦ ਨਾਮਕ 12ਵੀਂ ਸ਼੍ਰੇਣੀ ਦੇ ਵਿਦਿਆਰਥੀ ਨੇ ਉਦੋਂ ਲੋਕਾਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਸ ਦੁਬਾਰਾ ਬੈਂਟਰੀ ਦੇ ਨਾਲ ਚੱਲਣ ਵਾਲੀ ਮੋਟਰਸਾਈਕਲ ਜਿਗਾਰਡ ਦੇ ਤਹਿਤ ਬਣਾਈ ਗਈ ਤਸਵੀਰਾਂ ਤੁਸੀਂ ਉਸ ਮੋਟਰਸਾਈਕਲ ਬਾਈਕ ਦੀਆਂ ਦੇਖ ਸਕਦੇ ਹੋ ਅਤੇ ਨੋਸ਼ਾਦ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੋਟਰਸਾਈਕਲ ਨੂੰ ਬਣਾਉਣ ਤੇ ਔਰ ਦਾ 35 ਤੋਂ 40000 ਰੁਪਏ ਖਰਚਾ ਆਇਆ ਤੇ 2 ਮਹੀਨੇ ਦਾ ਸਮਾਂ ਲੱਗਾ ਹੈ ਕਿਉਂਕਿ ਇਸ ਮੌਕੇ ਸ਼ਹਿਰ ਵਿੱਚ ਇਸਤੇਮਾਲ ਹੋਣ ਵਾਲਾ ਕੁਝ ਸਮਾਨ ਮਹਿੰਗੀ ਕੀਮਤ ਤੇ ਪ੍ਰਾਪਤ ਹੋਇਆ ਤੇ ਮੋਟਰਸਾਈਕਲ ਬਾਰੇ ਉਹਨਾਂ ਨੇ ਦੱਸਿਆ ਹੈ ਕਿ ਇਸ ਨੂੰ 7 ਤੋਂ 8 ਘੰਟਿਆਂ ਦੇ ਵਿੱਚ ਚਾਰਜ ਕੀਤਾ ਜਾ ਸਕਦਾ ਹੈ ਤੇ ਇਸ ਬੈਟਰੀ ਦੇ ਨਾਲ ਇਹ ਮੋਟਰਸਾਈਕਲ 60 ਕਿਲੋਮੀਟਰ ਦੇ ਕਰੀਬ ਚੱਲ ਸਕਦਾ ਹੈ ਤੇ ਇਸ ਵਿੱਚ ਫਿੱਟ ਕੀਤੀ ਗਈ ਬੈਟਰੀ 48 ਬੋਲਟੇਜ